ਵੀ ਜਿੱਦਾਂ ਲੱਖਾ ਸਧਾਣਾ ਨੇ ਗੱਲ ਸੱਚੀ ਕਹੀ ਸੀ, ਕੋਈ ਝੂਠੀ ਗੱਲ ਨਹੀਂ ਕਹੀ ਸੀ ਲੱਖੇ ਸਧਾਣੇ ਨੇ, ਵੀ ਜਿਹੜਾ ਸਾਡਾ ਜ਼ਮੀਨ ਦਾ ਪਾਣੀ ਆ, ਧਰਤੀ ਹੇਠਲਾ ਪਾਣੀ ਆ, ਉਹ ਵਾਕਈ ਖਰਾਬ ਹੋ ਗਿਆ ਯਾਰ। ਸਹੀ ਗੱਲ ਆਉਂਦੀ ਹੁਣ ਤੁਸੀਂ ਨਾ ਵੇਖੋ, ਤੁਹਾਨੂੰ ਮੈਂ ਵਿਖਾ ਰਿਹਾ ਵੀ ਆਹ ਗੱਡੀ ਆ ਟੈਂਪੂ, ਇਹ ਇੱਥੋਂ ਹੁਣ ਨਹਿਰ ਦੇ ਲਾਗੂ ਆਵੇ, ਨਹਿਰ ਦੇ ਨਾਲ ਨਾ ਬੋਰ ਕੀਤਾ ਹੋਇਆ, ਉਹ ਵੇਖ ਸਕਦੇ ਹੋ ਥੱਲੇ, ਠੀਕ ਹੈ ਨਾ, ਇੱਥੋਂ ਪਾਣੀ ਭਰ ਕੇ ਆ ਤੁਹਾਨੂੰ ਮੈਂ ਦਿਖਾਉਣਾ ਆਵੇ ਚਲਾਉਣਗੇ। ਪਾ ਦੇ ਪੈਪ ਠੀਕ ਆਵੇ, ਇੱਥੋਂ ਪਾਣੀ ਭਰ ਕੇ ਅਤੇ ਹੁਣ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਆ। ਮਤਲਬ ਯਾਰ ਧਰਤੀ ਹੇਠਲਾ ਪਾਣੀ ਨਾ ਇੰਨਾ ਖਰਾਬ ਹੋ ਗਿਆ ਵੀ ਉਹ ਪੀਣ ਯੋਗ ਤਾਂ ਰਿਹਾ ਹੀ ਨਹੀਂ। ਇਹ ਘੱਟ ਤੋਂ ਘੱਟ ਮੈਨੂੰ ਲੱਗਦਾ ਇਹੋ ਜਿਹੇ 5-6 ਟੈਂਪੂ ਦੇ ਗਏ ਆ, ਇਹੋ ਜਿਹੇ 6-7 ਟੈਂਪੂ ਆ। ਅਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਹੁਣ ਉਹ ਬਾਈ ਇੰਜਨ ਚਲਾਉਣ ਲੱਗਾ ਤਾ, ਅਤੇ ਇਹ ਨਹਿਰ ਦੇ ਨਾਲ ਬਿਲਕੁਲ ਬੋਰ ਕੀਤਾ ਹੋਇਆ ਕਿਉਂਕਿ ਮਿੱਠਾ ਪਾਣੀ ਕਰਕੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਿਓ ਆ ਵੇਖੋ ਵੀ ਜਿੱਦਾਂ ਲੱਖਾ ਸਧਾਣਾ ਨੇ ਗੱਲ ਸੱਚੀ ਕਹੀ ਸੀ, ਕੋਈ ਝੂਠੀ ਗੱਲ ਨਹੀਂ ਕਹੀ ਸੀ ਲੱਖੇ ਸਧਾਣੇ ਨੇ, ਵੀ ਜਿਹੜਾ ਸਾਡਾ ਜ਼ਮੀਨ ਦਾ ਪਾਣੀ ਆ, ਧਰਤੀ ਹੇਠਲਾ ਪਾਣੀ ਆ, ਉਹ ਵਾਕਈ ਖਰਾਬ ਹੋ ਗਿਆ ਯਾਰ। ਸਹੀ ਗੱਲ ਆਉਂਦੀ ਹੁਣ ਤੁਸੀਂ ਨਾ ਵੇਖੋ, ਤੁਹਾਨੂੰ ਮੈਂ ਵਿਖਾ ਰਿਹਾ ਵੀ ਆਹ ਗੱਡੀ ਆ ਟੈਂਪੂ, ਇਹ ਇੱਥੋਂ ਹੁਣ ਨਹਿਰ ਦੇ ਲਾਗੂ ਆਵੇ, ਨਹਿਰ ਦੇ ਨਾਲ ਨਾ ਬੋਰ ਕੀਤਾ ਹੋਇਆ, ਉਹ ਵੇਖ ਸਕਦੇ ਹੋ ਥੱਲੇ, ਠੀਕ ਹੈ ਨਾ, ਇੱਥੋਂ ਪਾਣੀ ਭਰ ਕੇ ਆ ਤੁਹਾਨੂੰ ਮੈਂ ਦਿਖਾਉਣਾ ਆਵੇ ਚਲਾਉਣਗੇ। ਪਾ ਦੇ ਪੈਪ ਠੀਕ ਆਵੇ, ਇੱਥੋਂ ਪਾਣੀ ਭਰ ਕੇ ਅਤੇ ਹੁਣ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਆ। ਮਤਲਬ ਯਾਰ ਧਰਤੀ ਹੇਠਲਾ ਪਾਣੀ ਨਾ ਇੰਨਾ ਖਰਾਬ ਹੋ ਗਿਆ ਵੀ ਉਹ ਪੀਣ ਯੋਗ ਤਾਂ ਰਿਹਾ ਹੀ ਨਹੀਂ। ਇਹ ਘੱਟ ਤੋਂ ਘੱਟ ਮੈਨੂੰ ਲੱਗਦਾ ਇਹੋ ਜਿਹੇ 5-6 ਟੈਂਪੂ ਦੇ ਗਏ ਆ, ਇਹੋ ਜਿਹੇ 6-7 ਟੈਂਪੂ ਆ। ਅਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਹੁਣ ਉਹ ਬਾਈ ਇੰਜਨ ਚਲਾਉਣ ਲੱਗਾ ਤਾ, ਅਤੇ ਇਹ ਨਹਿਰ ਦੇ ਨਾਲ ਬਿਲਕੁਲ ਬੋਰ ਕੀਤਾ ਹੋਇਆ ਕਿਉਂਕਿ ਮਿੱਠਾ ਪਾਣੀ ਕਰਕੇ ਆਵੇ। ਅਤੇ ਆਹ ਵੇਖ ਸਕਦੇ ਹੋ ਤੁਸੀਂ ਨਹਿਰ ਦੇ ਨਾਲ ਬਿਲਕੁਲ ਬੋਰ ਆ, ਉੱਥੋਂ ਥੱਲੋਂ ਪੈਪ ਚੜਾ ਕੇ ਆ ਟੈਂਪੂ ਦੇ ਵਿੱਚ ਕੀਤੀ ਹੋਈ ਆ ਇੱਧਰ। ਅਤੇ ਇਹ ਕੀ ਰੇਟ ਪਾਣੀ ਦਿੰਦੇ ਪਿੰਡਾਂ 'ਚ ਪਤਾ ਨਹੀਂ ਬਾਈ ਨੂੰ? ਅਤੇ ਆਵੇ ਤੁਹਾਨੂੰ ਮੈਂ ਦੱਸਦਾ ਕੀ ਰੇਟ ਪਾਣੀ ਵੇਖਦਾ ਬਾਈ ਨੂੰ ਪੁੱਛ ਕੇ। ਅਤੇ ਆਹ ਵੇਖ ਸਕਦੇ ਹੋ ਤੁਸੀਂ ਇਹ ਬਾਈ ਕੀ ਰੇਟ ਦਿੰਦੇ ਪਾਣੀ, 10 ਰੁਪਈਆਂ ਦਾ 20 ਲੀਟਰ, 10 ਰੁਪਈਆਂ ਦਾ 20 ਲੀਟਰ ਜਿਹੜਾ ਪਾਣੀ ਮਤਲਬ ਕਿ ਇੱਥੋਂ ਭਰ ਕੇ ਅਤੇ ਜਾ ਕੇ ਵੇਚਦੇ ਆ। ਇੱਥੋਂ ਮਿੱਠਾ ਪਾਣੀ ਭਰ ਕੇ ਨਹਿਰ ਲਾਗੋ, ਮਤਲਬ ਕਿ ਇੰਨਾ ਪਾਣੀ ਜਿਹੜਾ ਨਾ ਆਪਣੇ ਧਰਤੀ ਹੇਠਲਾ ਖਰਾਬ ਹੋ ਗਿਆ, ਹਿਸਾਬ ਲਾ ਲਓ ਤੁਸੀਂ। ਅਤੇ ਕੋਈ ਝੂਠ ਨਹੀਂ ਬਾਈ ਦੀ, ਵਾਕਈ ਗੱਲ ਸੱਚੀ ਆ, ਨਹਿਰ ਦੇ ਲਾਗੇ ਆਵੇ ਬੋਰ ਕੀਤਾ ਅਤੇ ਪਾਣੀ ਮਿੱਠਾ ਬਿਲਕੁਲ।
ਤੇ ਇਹਦਾ ਧਰਤੀ ਹੇਠਲਾ ਪਾਣੀ ਤਾਂ ਗੰਦਾ ਹੀ ਹੋ ਗਿਆ, ਇੰਨਾ ਬੁਰਾ ਹਾਲ। ਵੀ ਜਿੱਦਾਂ ਲੱਖਾ ਸਧਾਣਾ ਨੇ ਗੱਲ ਸੱਚੀ ਕਹੀ ਸੀ, ਕੋਈ ਝੂਠੀ ਗੱਲ ਨਹੀਂ ਕਹੀ ਸੀ ਲੱਖੇ ਸਧਾਣੇ ਨੇ, ਵੀ ਜਿਹੜਾ ਸਾਡਾ ਜ਼ਮੀਨ ਦਾ ਪਾਣੀ ਆ, ਧਰਤੀ ਹੇਠਲਾ ਪਾਣੀ ਆ, ਉਹ ਵਾਕਈ ਖਰਾਬ ਹੋ ਗਿਆ ਯਾਰ। ਸਹੀ ਗੱਲ ਆਉਂਦੀ ਹੁਣ ਤੁਸੀਂ ਨਾ ਵੇਖੋ, ਤੁਹਾਨੂੰ ਮੈਂ ਵਿਖਾ ਰਿਹਾ ਵੀ ਆਹ ਗੱਡੀ ਆ ਟੈਂਪੂ, ਇਹ ਇੱਥੋਂ ਹੁਣ ਨਹਿਰ ਦੇ ਲਾਗੂ ਆਵੇ, ਨਹਿਰ ਦੇ ਨਾਲ ਨਾ ਬੋਰ ਕੀਤਾ ਹੋਇਆ, ਉਹ ਵੇਖ ਸਕਦੇ ਹੋ ਥੱਲੇ, ਠੀਕ ਹੈ ਨਾ। ਇੱਥੋਂ ਪਾਣੀ ਭਰ ਕੇ ਆ ਤੁਹਾਨੂੰ ਮੈਂ ਦਿਖਾਉਣਾ ਆਵੇ ਚਲਾਉਣਗੇ, ਪਾ ਦੇ ਪੈਪ ਠੀਕ ਆ। ਇੱਥੋਂ ਪਾਣੀ ਭਰ ਕੇ ਅਤੇ ਹੁਣ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਆ, ਮਤਲਬ ਯਾਰ ਧਰਤੀ ਹੇਠਲਾ ਪਾਣੀ ਨਾ ਇੰਨਾ ਖਰਾਬ ਹੋ ਗਿਆ ਵੀ ਉਹ ਪੀਣ ਯੋਗ ਤਾਂ ਰਿਹਾ ਹੀ ਨਹੀਂ। ਇਹ ਘੱਟ ਤੋਂ ਘੱਟ ਮੈਨੂੰ ਲੱਗਦਾ ਇਹੋ ਜਿਹੇ 5-6 ਟੈਂਪੂ ਦੇ ਗਏ ਆ, ਇਹੋ ਜਿਹੇ 6-7 ਟੈਂਪੂ ਆ। ਅਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਹੁਣ ਉਹ ਬਾਈ ਇੰਜਨ ਚਲਾਉਣ ਲੱਗਾ ਉਹਦਾ, ਅਤੇ ਇਹ ਨਹਿਰ ਦੇ ਨਾਲ ਬਿਲਕੁਲ ਬੋਰ ਕੀਤਾ ਹੋਇਆ ਕਿਉਂਕਿ ਮਿੱਠਾ ਪਾਣੀ ਕਰਕੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਿਓ ਆ ਵੇਖੋ ਵੀ ਜਿੱਦਾਂ ਲੱਖਾ ਸਧਾਣਾ ਨੇ ਗੱਲ ਸੱਚੀ ਕਹੀ ਸੀ, ਕੋਈ ਝੂਠੀ ਗੱਲ ਨਹੀਂ ਕਹੀ ਸੀ ਲੱਖੇ ਸਧਾਣੇ ਨੇ, ਵੀ ਜਿਹੜਾ ਸਾਡਾ ਜ਼ਮੀਨ ਦਾ ਪਾਣੀ ਆ, ਧਰਤੀ ਹੇਠਲਾ ਪਾਣੀ ਆ, ਉਹ ਵਾਕਈ ਖਰਾਬ ਹੋ ਗਿਆ ਯਾਰ। ਸਹੀ ਗੱਲ ਆਉਂਦੀ ਹੁਣ ਤੁਸੀਂ ਨਾ ਵੇਖੋ, ਤੁਹਾਨੂੰ ਮੈਂ ਵਿਖਾ ਰਿਹਾ ਵੀ ਆਹ ਗੱਡੀ ਆ ਟੈਂਪੂ, ਇਹ ਇੱਥੋਂ ਹੁਣ ਨਹਿਰ ਦੇ ਲਾਗੂ ਆਵੇ, ਨਹਿਰ ਦੇ ਨਾਲ ਨਾ ਬੋਰ ਕੀਤਾ ਹੋਇਆ, ਉਹ ਵੇਖ ਸਕਦੇ ਹੋ ਥੱਲੇ, ਠੀਕ ਹੈ ਨਾ। ਇੱਥੋਂ ਪਾਣੀ ਭਰ ਕੇ ਆ ਤੁਹਾਨੂੰ ਮੈਂ ਦਿਖਾਉਣਾ ਆਵੇ ਚਲਾਉਣਗੇ, ਪਾ ਦੇ ਪੈਪ ਠੀਕ ਆ। ਇੱਥੋਂ ਪਾਣੀ ਭਰ ਕੇ ਅਤੇ ਹੁਣ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਆ, ਮਤਲਬ ਯਾਰ ਧਰਤੀ ਹੇਠਲਾ ਪਾਣੀ ਨਾ ਇੰਨਾ ਖਰਾਬ ਹੋ ਗਿਆ ਵੀ ਉਹ ਪੀਣ ਯੋਗ ਤਾਂ ਰਿਹਾ ਹੀ ਨਹੀਂ। ਇਹ ਘੱਟ ਤੋਂ ਘੱਟ ਮੈਨੂੰ ਲੱਗਦਾ ਇਹੋ ਜਿਹੇ 5-6 ਟੈਂਪੂ ਦੇ ਗਏ ਆ, ਇਹੋ ਜਿਹੇ 6-7 ਟੈਂਪੂ ਆ। ਅਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਹੁਣ ਉਹ ਬਾਈ ਇੰਜਨ ਚਲਾਉਣ ਲੱਗਾ ਉਹਦਾ, ਅਤੇ ਇਹ ਨਹਿਰ ਦੇ ਨਾਲ ਬਿਲਕੁਲ ਬੋਰ ਕੀਤਾ ਹੋਇਆ ਕਿਉਂਕਿ ਮਿੱਠਾ ਪਾਣੀ ਕਰਕੇ ਆਵੇ। ਅਤੇ ਆਹ ਵੇਖ ਸਕਦੇ ਹੋ ਤੁਸੀਂ, ਨਹਿਰ ਦੇ ਨਾਲ ਬਿਲਕੁਲ ਬੋਰ ਆ, ਉੱਤੋਂ ਥੱਲੋਂ ਪੈਪ ਚੜ੍ਹਾ ਕੇ ਆ ਟੈਂਪੂ ਦੇ ਵਿੱਚ ਕੀਤੀ ਹੋਈ ਆ ਇੱਧਰ। ਅਤੇ ਇਹ ਕੀ ਰੇਟ ਪਾਣੀ ਦਿੰਦੇ ਪਿੰਡਾਂ 'ਚ? ਤੁਹਾਨੂੰ ਪਤਾ ਹੀ ਮਿਲਦਾ ਮੈਨੂੰ ਪਹਿਲੇ ਬਾਈ ਨੂੰ। ਅਤੇ ਆਵੇ ਤੁਹਾਨੂੰ ਮੈਂ ਦੱਸਦਾ ਕੀ ਰੇਟ ਪਾਣੀ ਵੇਖਦਾ ਬਾਈ ਨੂੰ ਪੁੱਛ ਕੇ। ਅਤੇ ਆਹ ਵੇਖ ਸਕਦੇ ਹੋ ਤੁਸੀਂ, ਕੀ ਰੇਟ ਦਿੰਦੇ ਪਾਣੀ? 10 ਰੁਪਈਆਂ ਦਾ 20 ਲੀਟਰ, 10 ਰੁਪਈਆਂ ਦਾ 20 ਲੀਟਰ ਜਿਹੜਾ ਪਾਣੀ ਮਤਲਬ ਕਿ ਇੱਥੋਂ ਭਰ ਕੇ ਅਤੇ ਜਾ ਕੇ ਵੇਚਦੇ ਆ। ਇੱਥੋਂ ਮਿੱਠਾ ਪਾਣੀ ਭਰ ਕੇ ਨਹਿਰ ਲਾਗੋ
ਮਤਲਬ ਕਿ ਇੰਨਾ ਪਾਣੀ ਜਿਹੜਾ ਨਾ ਆਪਣੇ ਧਰਤੀ ਹੇਠਲਾ ਖਰਾਬ ਹੋ ਗਿਆ, ਹਿਸਾਬ ਲਾ ਲਓ ਤੁਸੀਂ। ਅਤੇ ਕੋਈ ਝੂਠ ਨਹੀਂ ਬਾਈ ਦੀ, ਵਾਕਈ ਗੱਲ ਸੱਚੀ ਆ, ਨਹਿਰ ਦੇ ਲਾਗੇ ਆਵੇ, ਬੋਰ ਕੀਤਾ ਅਤੇ ਪਾਣੀ ਮਿੱਠਾ ਬਿਲਕੁਲ, ਅਤੇ ਇਹਦਾ ਧਰਤੀ ਹੇਠਲਾ ਪਾਣੀ ਤਾਂ ਗੰਦਾ ਹੀ ਹੋ ਗਿਆ, ਇੰਨਾ ਬੁਰਾ ਹਾਲ।